ਸਤਿ ਸ਼੍ਰੀ ਅਕਾਲ ਪ੍ਰਾਈਮ ਮਿਨਿਸਟਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਜਤਿੰਦਰ ਪੰਨੂ ਸ਼ੋਅ ਦੇ ਵਿੱਚ ਮੈਂ ਤੁਹਾਡੇ ਨਾਲ ਮਨਪ੍ਰੀਤ ਸਾਡੇ ਖਾਸ ਮਹਿਮਾਨ ਜਤਿੰਦਰ ਪੰਨੂ ਜੀ ਇਸ ਵੇਲੇ ਸਟੂਡੀਓ ਵਿੱਚ ਮੌਜੂਦ ਨੇ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਪੰਨੂ ਸਾਹਿਬ ਪਹਿਲਾ ਸਵਾਲ ਲੰਡਨ ਤੋਂ ਜੁੜਿਆ ਲੰਡਨ ਦੇ ਇੱਕ ਜੱਜ ਨੇ ਸਰਕਾਰ ਨੂੰ ਹੁਕਮ ਜਾਰੀ ਕੀਤੇ ਨੇ ਕਿ ਆਪਰੇਸ਼ਨ ਬਲੂ ਸਟਾਰ ਦੀਆਂ ਜਿੰਨੀਆਂ ਵੀ ਫਾਈਲਾਂ ਨੇ ਉਹਨੂੰ ਖੋਲ੍ਹ ਦਿੱਤਾ ਜਾਵੇ ਪੰਨੂ ਸਾਹਿਬ ਤੁਸੀਂ ਇਹ ਦੱਸੋ ਕਿ ਇਹ ਫਾਈਲਾਂ ਨੂੰ ਖੋਲ੍ਹਣ ਦੇ ਹੁਕਮ ਹੁਣ ਕਿਉਂ ਜਾਰੀ ਕੀਤੇ ਗਏ ਨੇ ਕੀ ਕਾਰਨ ਹੋ ਸਕਦਾ ਮਨਪ੍ਰੀਤ ਜੀ ਗੱਲ ਇਹ ਆ ਕਿ ਜਿਹੜਾ ਬ੍ਰਿਟੇਨ ਦਾ ਕਾਨੂੰਨ ਆ ਜੀ ਉਹਦੇ ਮੁਤਾਬਕ ਕੁਝ ਫਾਈਲਾਂ ਜਿਹੜੀਆਂ ਗੁਪਤ ਰੱਖੀਆਂ ਜਾਂਦੀਆਂ ਸਰਕਾਰੀ ਭੇਦਾਂ ਦੀਆਂ ਉਹ 30-32 ਸਾਲਾਂ ਬਾਅਦ ਖੋਲ੍ਹੀਆਂ ਜਾਂਦੀਆਂ ਕੁਝ 30 ਕੁਝ 32 ਜੀ ਇਹਨਾਂ ਨੇ ਉਹ ਫਾਈਲਾਂ 2 ਸਾਲ ਪਹਿਲਾਂ ਖੋਲ੍ਹੀਆਂ ਸੀ ਜਦੋਂ ਖੋਲ੍ਹੀਆਂ ਤਾਂ ਰੌਲਾ ਪੈ ਗਿਆ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਕਿੱਥੋਂ ਤੱਕ ਗੱਲ ਚੱਲ ਜਾਣੀ ਜੀ ਇੱਕ ਮਿਸਟਰ ਮੁੱਲਰ ਹੈ ਜਰਨਲਿਸਟ ਹੈ ਆਪਰੇਸ਼ਨ ਬਲੂ ਸਟਾਰ ਦੇ ਵੇਲੇ ਇੱਥੇ ਪੰਜਾਬ ਵਿੱਚ ਵੀ ਹੁੰਦਾ ਸੀ ਸਾਨੂੰ ਪੱਕਾ ਯਕੀਨ ਨਹੀਂ ਹੁੰਦਾ ਸੀ ਕਿ ਨਹੀਂ ਪਰ ਜੋ ਚਰਚੇ ਉਹਦੇ ਬਾਰੇ ਜੀ ਉਹਦੀ ਦਿਲਚਸਪੀ ਸੀ ਕੁਝ ਸਿੱਖ ਸੰਗਠਨਾਂ ਦੀ ਦਿਲਚਸਪੀ ਸੀ ਕਿ ਪਤਾ ਤਾਂ ਲੱਗੇ ਕਿ ਉਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਜੀ ਅਤੇ ਉਸ ਮੌਕੇ ਇੰਗਲੈਂਡ ਦੀ ਸਰਕਾਰ ਗ੍ਰੇਟ ਬ੍ਰਿਟੇਨ ਦੀ ਸਰਕਾਰ ਯੂਨਾਈਟਿਡ ਕਿੰਗਡਮ ਬੜਾ ਗ੍ਰੇਟ ਗਿਣਦੇ ਆ ਯੂਕੇ ਉਹਦੀ ਸਰਕਾਰ ਕੀ ਸੋਚਦੀ ਸੀ ਕੀ ਕਰਦੀ ਸੀ ਜੀ ਫਾਈਲਾਂ ਖੋਲ੍ਹਦਿਆਂ ਸਾਰ ਹੀ ਬਹੁਤ ਵੱਡਾ ਭੇਦ ਇਹ ਖੁੱਲ੍ਹ ਗਿਆ ਕਿ ਇੰਦਰਾ ਗਾਂਧੀ ਨੇ ਆਪਰੇਸ਼ਨ ਬਲੂ ਸਟਾਰ ਕਰਨ ਤੋਂ ਪਹਿਲਾਂ ਇੰਗਲੈਂਡ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੇ ਨਾਲ ਗੱਲ ਕੀਤੀ ਸੀ ਅਤੇ ਫਿਰ ਉਹਨਾਂ ਦੀਆਂ ਖੁਫੀਆ ਸੇਵਾਵਾਂ ਅਤੇ ਭਾਰਤ ਦੀਆਂ ਖੁਫੀਆ ਸੇਵਾਵਾਂ ਆਪਸ ਵਿੱਚ ਤਾਲਮੇਲ ਕਰਕੇ ਤਿਆਰੀ ਕਰਦੀਆਂ ਰਹੀਆਂ ਸਨ ਜੀ ਜਦੋਂ ਇਹ ਭੇਦ ਖੁੱਲ੍ਹਾ ਰੌਲਾ ਪੈਣ ਲੱਗਾ ਭਾਰਤ ਸਰਕਾਰ ਨੇ ਇਤਰਾਜ਼ ਕੀਤਾ ਜਾਂ ਉਹਨਾਂ ਦੇ ਅੰਦਰੋਂ ਕੋਈ ਇਤਰਾਜ਼ ਉੱਠਿਆ ਕਿ ਇਹਦੇ ਨਾਲ ਆਪਣਾ ਵੀ ਖਿਲਾਰਾ ਪੈ ਜੂ ਉਹਨਾਂ ਨੇ ਉਹ ਫਾਈਲਾਂ ਸੀਜ਼ ਕਰਤੀਆਂ ਜੀ ਇਹਨਾਂ ਨੇ ਸਰਕਾਰ ਤੱਕ ਪਹੁੰਚ ਕੀਤੀ ਖਾਸ ਤੌਰ 'ਤੇ ਸਿੱਖ ਸੰਗਠਨਾਂ ਨੇ ਕਿ ਖੋਲ੍ਹੋ ਜੀ ਉਹਨਾਂ ਆਖਿਆ ਜੀ ਅਸੀਂ ਨਹੀਂ ਖੋਲ੍ਹਦੇ ਇਹ ਸੀਕਰਟ ਮਾਮਲੇ ਇਹਦੇ ਨਾਲ ਦੋਵਾਂ ਦੇਸ਼ਾਂ ਦੇ ਸੰਬੰਧ ਵਿਗੜ ਸਕਦੇ ਫਿਰ ਇੱਕ ਜਣਾ ਕੋਰਟ ਵਿੱਚ ਕੇਸ ਲੈ ਗਿਆ ਕੋਰਟ ਵਿੱਚ ਪੂਰੀ ਸੁਣਵਾਈ ਤੋਂ ਬਾਅਦ ਜੱਜ ਨੇ ਹੁਣ ਇੱਕ ਫੈਸਲਾ ਦੇ ਦਿੱਤਾ ਹੈ ਕਿ ਇਹ ਫਾਈਲਾਂ ਖੋਲ੍ਹ ਦੇਣੀਆਂ ਚਾਹੀਦੀਆਂ ਜੀ ਜੇ ਫਾਈਲਾਂ ਖੋਲ੍ਹਣੀਆਂ ਤਾਂ ਉਹਦੇ ਵਿੱਚ ਨਾਲ ਇੱਕ ਅਧਿਕਾਰ ਦੇ ਦਿੱਤਾ ਕਿ ਜਿਹੜਾ ਸੰਬੰਧਿਤ ਡਿਪਾਰਟਮੈਂਟ ਦਾ ਸੈਕਟਰੀ ਹੈ ਇੰਚਾਰਜ ਉਹ ਚਾਹਵੇ ਅਤੇ ਜਿਹੜੀਆਂ ਖੁਫੀਆ ਏਜੰਸੀਆਂ ਨੇ MI5 MI6 ਬ੍ਰਿਟਿਸ਼ ਸੀਕਰਟ ਸਰਵਿਸ ਜੀ ਅਤੇ GHQ ਯਾਨੀ ਜਨਰਲ ਹੈੱਡਕੁਆਰਟਰ ਜੀ ਇਹਨਾਂ ਨਾਲ ਸੰਬੰਧਿਤ ਫਾਈਲਾਂ ਜਿਹੜੀਆਂ ਉਹ ਤੁਸੀਂ ਰੋਕ ਸਕਦੇ ਹੋ ਇਹਦਾ ਮਤਲਬ ਕਿ ਬਾਕੀ ਤੁਸੀਂ ਫਿਰ ਪੋਲੀਟੀਕਲ ਫਾਈਲਾਂ ਜਿਹੜਾ ਆਪਸ ਵਿੱਚ ਖਤੋ ਕਿਤਾਬਤ ਹੋਈ ਮੀਟਿੰਗਾਂ ਹੋਈਆਂ ਜੀ ਸਲਾਹਾਂ ਹੋਈਆਂ ਉਹ ਖੋਲ੍ਹ ਦਿਓ ਨਾਲ ਹੀ ਜੱਜ ਨੇ ਇਹ ਕਹਿ ਦਿੱਤਾ ਕਿ 2 ਮਹੀਨੇ ਦਾ ਸਮਾਂ ਮੈਂ ਦਿੰਦਾ ਜੇ ਬ੍ਰਿਟੇਨ ਦੀ ਸਰਕਾਰ ਚਾਹੇ ਅਤੇ ਇੰਨੇ ਸਮੇਂ 'ਚ ਮੇਰੇ ਤੋਂ ਉੱਪਰਲੀ ਅਦਾਲਤ ਵਿੱਚ ਅਪੀਲ ਕਰਕੇ ਅਤੇ ਇਸ ਫੈਸਲੇ ਨੂੰ ਰੋਕ ਸਕਦੀ ਹੈ ਜੀ ਮੇਰੀ ਆਪਣੀ ਸਮਝ ਹੈ ਕਿ ਬ੍ਰਿਟੇਨ ਦੀ ਸਰਕਾਰ ਨੇ ਫਾਈਲਾਂ ਖੁੱਲ੍ਹਣ ਨਹੀਂ ਦੇਣੀਆਂ ਉਹ ਅਪੀਲ ਕਰਨਗੇ ਰੋਕਣ ਦਾ ਯਤਨ ਕਰਨਗੇ ਹੁਣ ਇਹ ਫਾਈਲਾਂ ਖੁੱਲ੍ਹਣ ਜਾਂ ਨਾ ਖੁੱਲ੍ਹਣ ਜਿਸ ਦਿਨ ਫਾਈਲਾਂ ਖੁੱਲ੍ਹੀਆਂ ਸੀ ਜਿਨ੍ਹਾਂ ਨੂੰ ਲੋੜ ਸੀ ਉਹਨਾਂ ਨੇ ਸ਼ਾਮ ਪੈਣ ਤੋਂ ਪਹਿਲਾਂ ਬਹੁਤ ਸਾਰਾ ਮੈਟਰ ਉਹਦੇ 'ਚੋਂ ਡਾਊਨਲੋਡ ਕਰ ਲਿਆ ਸੀ ਜੀ ਕੁਝ ਗੱਲਾਂ ਸਾਡੇ ਵਾਸਤੇ ਵੀ ਬੜੀਆਂ ਹੈਰਾਨੀ ਵਾਲੀਆਂ ਸੀ ਮੈਂ ਤਾਂ ਉਸ ਦੌਰ ਵਾਲਿਆਂ 'ਚੋਂ ਜੀ ਜਿਨ੍ਹਾਂ ਨੇ ਪੰਜਾਬ ਵਿੱਚ ਆਪਰੇਸ਼ਨ ਬਲੂ ਸਟਾਰ ਹੁੰਦਾ ਵੇਖਿਆ ਅਸੀਂ ਉਦੋਂ ਪੰਜਾਬ ਵਿੱਚ ਸੀ ਸਾਰਾ ਪੰਜਾਬ ਆਰਮੀ ਨੇ ਕਰਫਿਊ ਲਾ ਕੇ ਸੀਜ਼ ਕਰਤਾ ਲੋਕ ਇੱਕ ਪਿੰਡ ਤੋਂ ਦੂਸਰੇ ਪਿੰਡ ਤੱਕ ਨਹੀਂ ਸੀ ਜਾ ਸਕਦੇ ਜੀ ਘਰਾਂ ਵਿੱਚ ਜਾਨਵਰ ਭੁੱਖੇ ਬੈਠੇ ਸੀ ਉਹਨਾਂ ਵਾਸਤੇ ਪੱਠੇ ਨਹੀਂ ਸੀ ਖੇਤਾਂ 'ਚੋਂ ਵੱਢ ਕੇ ਲਿਆ ਸਕਦੇ ਅਸੀਂ ਲੋਕ ਜਿਹੜੇ ਸ਼ਹਿਰਾਂ ਵਿੱਚ ਬੈਠੇ ਸਾਂ ਘਰ ਵਿੱਚ ਕਿਸੇ ਦੀ ਆਟਾ ਹੈਗਾ ਕਿ ਨਹੀਂ ਹੈਗਾ ਜੀ ਸਬਜ਼ੀ ਹੈਗੀ ਕਿ ਨਹੀਂ ਹੈਗੀ ਦੁਕਾਨਾਂ ਬੰਦ ਨੇ ਗੁਆਂਢੀ ਵੀ ਉੱਪਰੋਂ ਛੱਤ ਤੋਂ ਜਾ ਕੇ ਲੈ ਸਕਦੇ ਲੈ ਲਓ ਗਲੀ ਵਿੱਚ ਨਿਕਲ ਕੇ ਨਾਲ ਦੀ ਗਲੀ ਵਾਲਿਆਂ ਤੋਂ ਨਹੀਂ ਸੀ ਮੰਗ ਸਕਦੇ ਕਿ ਜੇ ਫੌਜ ਵਾਲੇ ਆ ਜਾਣ ਤਾਂ ਗੋਲੀ ਚਲਾ ਦਿੰਦੇ ਸੀ ਜੀ ਇੱਦਾਂ ਦਾ ਦੌਰ ਦਰਬਾਰ ਸਾਹਿਬ 'ਚ ਟੈਂਕ ਗਏ ਜਿੱਥੇ ਲੋਕ ਸ਼ਰਧਾ ਨਾਲ ਸਿਰ ਝੁਕਾਉਂਦੇ ਸੀ ਉੱਥੇ ਲਾਸ਼ਾਂ ਦੇ ਢੇਰ ਲੱਗਦੇ ਜੀ ਅੱਜ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਕਿੰਨੀਆਂ ਲਾਸ਼ਾਂ ਸੀ ਉਹਨਾਂ 'ਚ ਫੌਜ ਦੀਆਂ ਕਿੰਨੀਆਂ ਸੀ ਸਾਹਮਣੇ ਲੜਨ ਵਾਲਿਆਂ ਦੀਆਂ ਕਿੰਨੀਆਂ ਸੀ ਜਿਹੜੇ ਬੇਗੁਨਾਹ ਸ਼ਰਧਾਲੂ ਉਹਨਾਂ ਦੀਆਂ ਕਿੰਨੀਆਂ ਸੀ ਵੱਖੋ ਵੱਖ ਗਿਣਤੀਆਂ ਦੱਸੀਆਂ ਜਾ ਰਹੀਆਂ ਨੇ ਜੀ
ਇਹ ਵੀ ਪਤਾ ਲੱਗਦਾ ਪਿਆ ਕਿ ਜਿਹੜੇ ਜਨਰਲ ਕੇ ਐਸ ਬਰਾੜ ਨੇ ਆ ਕੇ ਮੇਜਰ ਜਨਰਲ ਨੇ ਇੱਥੇ ਆਪਰੇਸ਼ਨ ਸਾਰਾ ਕੀਤਾ, ਅਗਵਾਈ ਕੀਤੀ ਜੀ, ਉਹਨੂੰ ਤਾਂ ਆਪਰੇਸ਼ਨ ਵਾਲੇ ਦਿਨ ਉਸ ਤੋਂ ਦੋ ਦਿਨ ਪਹਿਲਾਂ ਛੁੱਟੀ ਕੱਟਣ ਚੱਲਿਆ ਸੀ ਮਾਰੀਸ਼ਸ, ਅਤੇ ਉਹਨੂੰ ਇਹ ਸੱਦਿਆ ਗਿਆ ਵੀ ਤੂੰ ਛੁੱਟੀ ਤੇਰੀ ਕੈਂਸਲ ਹੈ ਜੀ, ਅਤੇ ਤੂੰ ਅੰਮ੍ਰਿਤਸਰ ਪਹੁੰਚ ਅਤੇ ਤੂੰ ਆਪਰੇਸ਼ਨ ਕਰਨਾ, ਅਤੇ ਉਹਨੂੰ ਤਾਂ ਇਸ ਤਰ੍ਹਾਂ ਦੱਸਿਆ ਗਿਆ ਸੀ ਕਿ ਸਧਾਰਨ ਜਿਹੀ ਗੱਲ ਹੈ, ਕੋਈ ਖਾਸ ਨਹੀਂ ਕਰਕੇ ਤੂੰ ਬਾਅਦ 'ਚ ਲੰਮੀ ਛੁੱਟੀ ਚੱਲ ਜਾਈ ਜੀ। ਜੇ ਇਹਨਾਂ ਨੂੰ ਵੀ ਨਹੀਂ ਸੀ ਦੱਸਿਆ ਤਾਂ ਮਾਰਗਰਟ ਥੈਚਰ ਨਾਲ ਪਹਿਲਾਂ ਜਿਹੜੀਆਂ ਸਲਾਹਾਂ ਇੰਦਰਾ ਗਾਂਧੀ ਨੇ ਕੀਤੀਆਂ ਸੀ ਉਹ ਕਿੱਦਾਂ ਦੀਆਂ ਕੀਤੀਆਂ, ਕਿੰਨਾ ਚਿਰ ਕੀਤੀਆਂ, ਕੀ ਕੀ ਕੀਤੀਆਂ, ਕੁਝ ਭੇਦ ਮਾੜਾ ਮੋਟਾ ਖੁੱਲ੍ਹਣਾ ਚਾਹੀਦਾ। ਜਿਹੜੀ ਗੱਲ ਸਭ ਤੋਂ ਹੈਰਾਨੀ ਵਾਲੀ ਉਹ ਇਹ ਕਿ ਉਸ ਵਕਤ ਰੂਸ ਅੱਜ ਵਾਲਾ ਰੂਸ ਨਹੀਂ ਸੀ ਹੁੰਦਾ, ਉਦੋਂ ਸੋਵੀਅਤ ਯੂਨੀਅਨ ਸੀ ਜਿੱਥੇ ਕਮਿਊਨਿਸਟਾਂ ਦਾ ਰਾਜ ਸੀ ਜੀ। ਉਹ ਸੋਵੀਅਤ ਯੂਨੀਅਨ ਦੇ ਵਿੱਚ ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਕਜ਼ਾਕਿਸਤਾਨ, ਇਹ ਜਿੰਨੇ ਸਥਾਨ ਨੇ ਜੀ, ਯੂਕਰੇਨ, ਇਹ ਛੋਟੇ ਛੋਟੇ ਸਟੇਟ ਜਿਹੜੇ ਨੇ, ਬਸ ਬੋਸਨੀਆ, ਹਰਜੇਗੋਵੀਨਾ, ਇਹ ਸਾਰੇ ਉਹਦਾ ਪਾਰਟ ਹੁੰਦੇ ਸੀ ਸੋਵੀਅਤ ਯੂਨੀਅਨ ਦਾ ਜੀ। ਚਰਚਾ ਇਹ ਹੁੰਦੀ ਰਹੀ ਸੀ ਕਿ ਕਮਿਊਨਿਸਟ ਕਿਉਂਕਿ ਰੱਬ ਨੂੰ ਨਹੀਂ ਮੰਨਦੇ, ਇੰਦਰਾ ਗਾਂਧੀ ਨੇ ਸਿਰਫ ਉਹਨਾਂ ਨਾਲ ਸਲਾਹ ਕੀਤੀ ਅਤੇ ਉਹਨਾਂ ਨੇ ਆਖਿਆ ਪਰਵਾਹ ਨਹੀਂ, ਤੂੰ ਟੈਂਕ ਮਾਰ ਮਾਰ ਕੇ ਗੋਲੇ ਟੈਂਕਾਂ ਦੇ ਅਤੇ ਤੂੰ ਦਰਬਾਰ ਸਾਹਿਬ ਢਾਹ ਦੇ, ਅਤੇ ਇੰਦਰਾ ਗਾਂਧੀ ਨੇ ਢਾਹਤਾ ਜੀ। ਹੁਣ ਜਦੋਂ ਗੱਲ ਨਿਕਲੀ ਆ ਤਾਂ ਉਹਦੇ 'ਚ ਪਤਾ ਲੱਗਦਾ ਪਿਆ ਕਿ ਰੂਸ ਵਾਲਿਆਂ ਨਾਲ ਕੋਈ ਗੱਲ ਹੀ ਨਹੀਂ ਸੀ, ਇਹਦਾ ਮਤਲਬ ਕਮਿਊਨਿਸਟਾਂ ਦੇ ਖਿਲਾਫ਼ ਫਿਰ ਗਲਤ ਪ੍ਰਚਾਰ ਕੀਤਾ ਗਿਆ ਜੀ। ਪਤਾ ਇਹ ਲੱਗਦਾ ਪਿਆ ਕਿ ਉੱਥੇ ਪ੍ਰਧਾਨ ਮੰਤਰੀ ਮਾਰਗਰਟ ਥੈਚਰ ਹੁੰਦੀ ਸੀ, ਇੱਥੇ ਇੰਦਰਾ ਗਾਂਧੀ ਸੀ, ਦੋਵੇਂ ਸਹੇਲੀਆਂ ਸੀ, ਦੋਵੇਂ ਸਹੇਲੀਆਂ ਨੇ ਆਪਸ ਵਿੱਚ ਗੱਲਬਾਤ ਕੀਤੀ, ਫਿਰ ਭਾਰਤ ਦੀ ਖੁਫੀਆ ਸਰਵਿਸ ਅਤੇ ਉਹਨਾਂ ਦੀ ਖੁਫੀਆ ਸਰਵਿਸ, ਇਹਨਾਂ ਦੋ ਖੁਫੀਆ ਸਰਵਿਸਿਸ ਨੇ ਆਪੋ 'ਚ ਗੱਲਬਾਤ ਕੀਤੀ ਜੀ, ਫਿਰ ਫੌਜਾਂ ਨੇ ਇੱਕ ਦੂਸਰੇ ਨਾਲ ਗੱਲਬਾਤ ਕੀਤੀ, ਉਹ ਜੋ ਵੀ ਨਿਕਲਦਾ ਪਿਆ। ਹੁਣ ਹਰ ਕੋਈ ਇਹਦੇ 'ਚ ਦਿਲਚਸਪੀ ਰੱਖਦਾ ਕਿ ਪਤਾ ਲੱਗ ਜਾਏ ਕੀ ਹੋਇਆ ਸੀ। ਬ੍ਰਿਟੇਨ ਦੀ ਸਰਕਾਰ ਇਹ ਤੋਂ ਇਸ ਕਰਕੇ ਭੱਜਦੀ ਹੈ ਕਿ ਭਾਰਤ ਤੋਂ ਬਾਹਰ ਸਭ ਤੋਂ ਵੱਧ ਪੰਜਾਬੀ ਜੇ ਕਿਤੇ ਰਹਿੰਦੇ ਆ ਤਾਂ ਬ੍ਰਿਟੇਨ 'ਚ ਰਹਿੰਦੇ ਆ ਜੀ, ਅਤੇ ਪੰਜਾਬੀਆਂ ਦੇ ਵਿੱਚੋਂ ਸਭ ਤੋਂ ਵੱਡੀ ਕਮਿਊਨਿਟੀ ਜਿਹੜੀ ਉੱਥੇ ਆ ਉਹ ਸਿੱਖਾਂ ਦੀ ਹੈ ਜੀ। ਇਸ ਵੇਲੇ ਵੀ 2 ਜਾਂ 3 ਸਿੱਖ ਪਾਰਲੀਮੈਂਟ ਮੈਂਬਰ ਨੇ ਜੀ, ਪਹਿਲੀ ਵਾਰੀ ਪੱਗ ਵਾਲਾ ਸਿੱਖ ਪਾਰਲੀਮੈਂਟ ਮੈਂਬਰ ਤਨਮਨਜੀਤ ਸਿੰਘ ਢੇਸੀ ਉੱਥੇ ਆ ਜੀ। ਉੱਥੇ ਵੋਟਾਂ ਦਾ ਮਾਮਲਾ ਉਹਨਾਂ ਦਾ ਵੀ ਆ, ਕਮਿਊਨਿਟੀਜ਼ ਦਾ ਵੀ ਆ ਜੀ। ਉੱਦਾਂ ਵੀ ਬ੍ਰਿਟੇਨ ਇਸ ਵੇਲੇ ਕਮਿਊਨਿਟੀ ਨਹੀਂ ਰਹਿ ਗਿਆ, 20 ਸਾਲ ਪਹਿਲਾਂ ਉਹਨਾਂ ਦਾ ਇੱਕ ਮੰਤਰੀ ਹੁੰਦਾ ਸੀ, ਕੇਂਦਰੀ ਮੰਤਰੀ, ਜਿਹੜਾ ਪਿੱਛੋਂ ਉਹਦਾ ਪੜਦਾਦਾ ਇੱਥੋਂ ਇੰਡੀਆ 'ਚੋਂ ਗਿਆ ਸੀ, ਇੰਡੀਅਨ ਓਰੀਜਨ ਦਾ ਸੀ, ਅਤੇ ਉਹਨੇ ਪਾਰਲੀਮੈਂਟ 'ਚ ਆਖਿਆ ਸੀ ਆਈ ਡੋਂਟ ਕਾਲ ਇਟ ਬ੍ਰਿਟਿਸ਼ ਕਮਿਊਨਿਟੀ, ਰੈਦਰ ਇਟਸ ਕਮਿਊਨਿਟੀ ਆਫ ਕਮਿਊਨਿਟੀਜ਼, ਇੱਥੇ ਕਿੰਨੀਆਂ ਸਾਰੀਆਂ ਕਮਿਊਨਿਟੀਆਂ ਨੇ, ਇਹ ਕਮਿਊਨਿਟੀਆਂ ਦੀ ਕਮਿਊਨਿਟੀ ਬਣ ਚੁੱਕਾ। ਜਿਹੜਾ ਕਮਿਊਨਿਟੀਆਂ ਦੀ ਕਮਿਊਨਿਟੀ ਬਣ ਚੁੱਕਾ ਉੱਥੇ ਸਿੱਖ ਕਮਿਊਨਿਟੀ ਦੀਆਂ ਵੋਟਾਂ ਵੀ ਨੇ, ਸਿੱਖ ਕਮਿਊਨਿਟੀ ਦੇ ਐਮ ਪੀ ਵੀ ਨੇ, ਉਹਨਾਂ ਦਾ ਵੀ ਇੱਕ ਅਸਰ ਹੈਗਾ। ਉਹਦਾ ਕਰਕੇ ਸਰਕਾਰ ਇਸ ਖਲਾਰੇ ਨੂੰ ਪਾਉਣਾ ਨਹੀਂ ਚਾਹੇਗੀ ਜੀ, ਕਿਉਂਕਿ ਜੇ ਇੱਕ ਵਾਰੀ ਇਹ ਤੰਦ ਖੁੱਲ੍ਹਣ ਲੱਗ ਪਈ ਤਾਂ ਪਤਾ ਨਹੀਂ ਕਿੱਥੋਂ ਤੱਕ ਚੱਲ ਜਾਣੀ ਹੈ, ਮਤਲਬ ਬਹੁਤ ਵੱਡੇ ਖੁਲਾਸੇ ਹੋ ਸਕਦੇ। ਪਰ ਉਹ ਜੱਜ ਨੇ ਜਿਹੜਾ ਫੈਸਲਾ ਦਿੱਤਾ, ਇਸ ਫੈਸਲੇ ਨਾਲ ਉੱਥੋਂ ਦੀ ਸਰਕਾਰ ਕਾਫੀ ਜ਼ਿਆਦਾ ਟੈਨਸ਼ਨ 'ਚ ਆ ਕਿ ਕਰੇ ਕੀ ਕਰੇ। ਪਰ ਸਾਹਿਬ, ਹੋਰ ਵੀ ਸਵਾਲਾਂ ਦੇ ਜਵਾਬ ਤੁਹਾਡੇ ਕੋਲ ਲਵਾਂਗੇ, ਪਰ ਉਸ ਤੋਂ ਪਹਿਲਾਂ ਸਾਨੂੰ ਇੱਕ ਵਾਰੀ ਰੁਕਣਾ ਪਏਗਾ ਛੋਟੇ ਜਿਹੇ ਬ੍ਰੇਕ ਦੇ ਲਈ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਪਹਿਲਾਂ ਹੋ ਚੱਲਿਆ ਛੋਟੇ ਜਿਹੇ ਬ੍ਰੇਕ ਦਾ, ਚੱਲ ਵਾਪਸ ਆਵਾਂਗੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ। ਪਨੂ ਸਾਹਿਬ, ਪਾਰਲੀਮੈਂਟ ਮੈਂਬਰ ਕਾਂਗਰਸੀ ਰਵਨੀਤ ਪਿੱਟੂ, ਜਿਨ੍ਹਾਂ ਨੇ ਭਗਵੰਤ ਮਾਨ ਨੂੰ ਆਪ ਛੱਡ ਕੇ ਕਾਂਗਰਸ ਦੇ ਵਿੱਚ ਆਉਣ ਦਾ ਸੱਦਾ ਦਿੱਤਾ, ਜਿਸ ਤੋਂ ਬਾਅਦ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਕਾਫੀ ਨਾਰਾਜ਼ ਲੱਗ ਰਹੇ ਨੇ, ਤੁਸੀਂ ਇਸ ਬਾਰੇ ਕੀ ਕਹੋਗੇ? ਦੇਖੋ, ਰਵਨੀਤ ਸਿੰਘ ਪਿੱਟੂ 2 ਵਾਰੀਆਂ ਦਾ ਪਾਰਲੀਮੈਂਟ ਮੈਂਬਰ ਹੈ, ਇਹ ਇੱਕ ਗੱਲ ਹੈ। ਦੂਜਾ ਇਹ ਕਿ ਯੂਥ ਕਾਂਗਰਸ ਦੇ ਵਿੱਚੋਂ ਵੋਟਾਂ ਨਾਲ ਚੁਣ ਕੇ ਆਇਆ, ਲੀਡਰ ਬਣਿਆ ਸੀ, ਠੀਕ ਹੈ। ਦੂਜੀ ਗੱਲ, ਇੱਥੇ ਅੱਜ ਕੱਲ੍ਹ ਇੱਕ ਰਿਵਾਜ਼ ਪੈ ਗਿਆ ਕਿ ਜਿਹੜਾ 2 ਕੁ ਵਾਰੀ ਚੁਣਿਆ ਜਾਵੇ ਉਹ ਆਪਣੇ ਆਪ ਨੂੰ ਫਿਰ ਬਹੁਤ ਸੀਨੀਅਰ ਮੰਨ ਲੈਂਦਾ ਜੀ। ਇੱਥੇ ਥੋੜ੍ਹੇ ਦਿਨ ਪਹਿਲਾਂ ਇੱਕ MLA ਨੇ, ਹੁਣ ਮੈਂ ਉਹਦਾ ਨਾਂ ਨਹੀਂ ਲੈਣਾ, ਉਹਨੇ ਇਹ ਕਹਿਤਾ ਕਿ ਸਾਡੇ ਵਰਗੇ ਸੀਨੀਅਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਨਹੀਂ ਬਣਿਆ। ਉਹ ਸੀਨੀਅਰ ਇੰਨਾ ਕਿ ਲਗਾਤਾਰ 2 ਵਾਰ ਜਿੱਤਿਆ ਜੀ, ਲਗਾਤਾਰ 2 ਵਾਰ ਜਿੱਤਿਆ, ਤਾਂ ਮਤਲਬ ਪਹਿਲੀ ਵਾਰੀ 2012 'ਚ ਜਿੱਤਿਆ ਅਤੇ ਦੂਜੀ ਵਾਰੀ 2017 'ਚ ਜਿੱਤਿਆ, ਇਸ ਤੋਂ ਪਹਿਲਾਂ ਤਾਂ ਨਹੀਂ। ਇਸੇ ਹੀ ਕਾਂਗਰਸ ਪਾਰਟੀ ਦੇ ਕੋਲ ਸਮਰਾਲੇ ਤੋਂ ਜਿੱਤਿਆ ਅਮਰੀਕ ਸਿੰਘ ਹੈਗਾ, ਜਿਹੜਾ 1992 'ਚ ਉਦੋਂ ਜਿੱਤਿਆ ਸੀ ਜਦੋਂ ਬੇਅੰਤ ਸਿੰਘ ਮੁੱਖ ਮੰਤਰੀ ਬਣਿਆ ਸੀ ਹਾਂਜੀ, ਉਦੋਂ ਬਾਅਦ ਕਿਤੇ ਇੱਕ ਅੱਧੀ ਵਾਰੀ ਹਾਰਿਆ ਵੀ ਹੋਵੇਗਾ। 26 ਸਾਲਾਂ ਤੋਂ ਜਿਹੜਾ ਤੁਰਿਆ ਹੁੰਦਾ ਉਹ ਸੀਨੀਅਰ ਨਹੀਂ, ਜਿਹੜਾ 2 ਵਾਰੀਆਂ ਜਿੱਤ ਗਿਆ ਉਹ ਸੀਨੀਅਰ ਹੈ। ਰਵਨੀਤ ਸਿੰਘ ਬਿੱਟੂ ਵੀ ਸੀਨੀਅਰ ਹੈ ਜੀ,
चौधरी संतोख सिंह ये बेअंत सिंह की सरकार च मंत्री हुंदा सी, पहला राज मंत्री फिर कैबिनेट मंत्री, फिर उदो बाद भी कदे जित गया कदे हार दिख गया। हाँ जी, ये 26 सालां वाला इन्हे तो इदां दा बयान कोई दिता नहीं जी। ते दो वारियां वाला रवनीत सिंह बिट्टू ये इन्ना सीनियर है कि भगवंत मान नूं सद्दे देण लग पिया कि तू साडी पार्टी च आ जा जी। कैप्टन अमरिंदर सिंह ने झाड़ता कि तेरा कम नहीं, भगवंत मान ने कांग्रेस पार्टी च आउणा कि नहीं आउणा, उन्हें सद्दा देना कि नहीं देना, यह फैसला जां तां हाईकमांड करेगी केंद्र चों जी राहुल गांधी ते बाकी साथी करनगे, जां पंजाब दे विच मैं मुख्यमंत्री बैठा तो कांग्रेस प्रधान सुनील जाखड़ बैठा, तेरा काम नहीं। हुण इह च इक गल मैं तुहानूं होर दसां जिहड़ी बहुते लोकां नूं नहीं पता जी। नवजोत सिद्धू जिन्ना चिर तक कांग्रेस पार्टी च आ नहीं गया, बहुते लोगों को पता नहीं कि बीजेपी विच हुंदिया वी वो प्रियंका गांधी ते उहदे पति रॉबर्ट वाड्रा दे बहुत नेड़े सी, ते फिर राहुल गांधी दे नेड़े सी जी। हुण वी वह कतल केस चों छुट्टिया ते सब तो पहला उन्हां दे घर खुशी सांझी करन गया, राहुल गांधी दा धन्नवाद कीता, प्रियंका कोल गया, प्रियंका लैके अपने छोटे भरा कोल गई जी। सारयां नूं पता उत्थे जा खुशी सांझी करके आ जी। ਇਹਦੇ ਨਾਲ ਜੋੜ ਕਿਹੜੀ ਭੇਤ ਦੀ ਗੱਲ ਮੈਂ ਦੱਸਣ ਲੱਗਾ, ਉਹ ਇਹ ਕਿ ਜਿਹੜਾ ਵੀ ਕੋਈ ਦਿੱਲੀ ਦੇ ਵਿੱਚ ਗਿਆ ਅਤੇ ਪਾਰਲੀਮੈਂਟ ਦੇ ਸੈਂਟਰ ਹਾਲ 'ਚ ਜਾਂਦਾ ਜੀ, ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਦੋਂ ਵਿਹਲਾ ਟਾਈਮ ਹੋਵੇ ਉਦੋਂ ਬਹੁਤੀ ਵਾਰ ਭਗਵੰਤ ਮਾਨ ਅਤੇ ਰਾਹੁਲ ਗਾਂਧੀ ਇਕੱਠੇ ਬੈਠੇ ਹੁੰਦੇ ਆ, ਅਤੇ ਇਹਦੇ ਤੋਂ ਵੀ ਤਮਾਸ਼ੇ ਵਾਲੀ ਗੱਲ ਕਿ ਭਗਵੰਤ ਚੁਟਕਲੇ ਸੁਣਾਈ ਜਾਂਦਾ ਅਤੇ ਰਾਹੁਲ ਹੱਸੀ ਜਾਂਦਾ ਜੀ, ਅਤੇ ਉਦੋਂ ਵੀ ਜ਼ਿਆਦਾ ਕਮਾਲ ਦੀ ਗੱਲ ਇਹ ਕਿ ਭਗਵੰਤ ਨੂੰ ਬਹੁਤੀ ਹਿੰਦੀ ਨਹੀਂ ਆਉਂਦੀ, ਪੰਜਾਬੀ ਰਲਾ ਕੇ ਬੋਲਦਾ, ਅਤੇ ਰਾਹੁਲ ਦੇ ਕੋਲ ਕੋਈ ਹਿੰਦੀ 'ਚ ਵੀ ਸੁਣਾਵੇ ਅਤੇ ਉਹਨੂੰ ਛੇਤੀ ਜੋਕ ਨਹੀਂ ਸਮਝ ਲੱਗਦਾ, ਉਹ ਬਾਅਦ 'ਚ ਪੁੱਛਣ ਜਾਂਦਾ ਹੋਊਗਾ ਕਿ ਭਗਵੰਤ ਨੇ ਕੀ ਆਖਿਆ, ਪਰ ਉਹਨਾਂ ਦੋਵਾਂ ਦੀ ਜੋਟੀ ਬਹੁਤ ਹੈ ਜੀ, ਅਤੇ ਜੇ ਉਹਨਾਂ ਦੋਵਾਂ ਦੀ ਜੋਟੀ ਹੈਗੀ ਆ ਜੀ ਅਤੇ ਰਵਨੀਤ ਬਿੱਟੂ ਕੌਣ ਹੈ ਤੂੰ ਕਹਿਣ, ਮੈਂ ਖਾਬ ਖਾ ਐਵੇਂ ਖਾਬ ਖਾ ਨੇ ਉੱਠ ਕੇ ਅਤੇ ਆਹ ਬਿਆਨ ਦਾਗਤਾ ਕਿ ਮੈਂ ਭਗਵੰਤ ਮਾਨ ਨੂੰ ਕਹਿੰਦਾ ਤੂੰ ਇੱਧਰ ਆ ਜਾ ਜੀ। ਅੱਜ ਕੱਲ੍ਹ ਖਾਬ ਖਾ ਗੱਲਾਂ ਬਹੁਤ ਹੋ ਰਹੀਆਂ, ਭਗਵੰਤ ਮਾਨ ਦੀ ਪਾਰਟੀ ਦੇ 3-4 MLA ਉੱਥੇ ਬੈਠੇ ਨੇ ਬਠਿੰਡੇ ਜ਼ਿਲ੍ਹੇ 'ਚ ਜੀ, ਉਹ ਜਿਹੜੇ ਬਠਿੰਡੇ ਜ਼ਿਲ੍ਹੇ 'ਚ ਬੈਠੇ ਆ ਉਹਨਾਂ 'ਚ 1 MLA ਇਹੋ ਜਿਹਾ ਵੀ ਆ ਜਿਹੜਾ ਅੱਧੀ ਰਾਤ ਨੂੰ ਲੱਕੜਾਂ ਦੇ ਟਾਲ ਦੇ ਉੱਤੇ ਚੋਰੀ ਜਾ ਕੇ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ OSD ਨੂੰ ਮਿਲਿਆ ਸੀ ਜੀ, ਅਤੇ ਲੁਕਾ ਕੇ ਰੱਖੀ ਗੱਲ ਜਦੋਂ CCTV ਕੈਮਰੇ 'ਚ ਫੁਟੇਜ ਵਿੱਚ ਆ ਗਿਆ, ਲੋਕਾਂ ਪੁੱਛਿਆ ਵੀ ਤੂੰ ਉਹਨੂੰ ਕਿਉਂ ਮਿਲਿਆ, ਕਹਿੰਦਾ ਜੀ ਪਬਲਿਕ ਦੀਆਂ ਡਿਮਾਂਡਸ ਵਾਸਤੇ ਮਿਲਣਾ ਪਿਆ, ਉਹ ਕਹਿੰਦੇ ਪਬਲਿਕ ਦੀਆਂ ਡਿਮਾਂਡਸ ਵਾਸਤੇ ਮਿਲਣਾ ਅਤੇ ਮੁੱਖ ਮੰਤਰੀ ਨੂੰ ਮਿਲ ਜੀ, ਉਹਦੇ OSD ਨੂੰ ਉਹਦੇ ਕਰਿੰਦੇ ਨੂੰ ਮਿਲਣਾ ਸੀ, ਅਤੇ ਜੇ ਉਹਨੂੰ ਵੀ ਮਿਲਣਾ ਤਾਂ ਦਿਨੇ ਮਿਲ ਲਾ, ਅਤੇ ਜੇ ਰਾਤ ਨੂੰ ਵੀ ਮਿਲਣਾ ਤਾਂ ਕਿਸੇ ਘਰ ਮਿਲ ਪਾ, ਰੈਸਟ ਹਾਊਸ ਗੈਸਟ ਹਾਊਸ ਹੋਟਲ ਮਿਲ ਪਾ ਜੀ, ਔਰ ਲੱਕੜਾਂ ਦੇ ਟਾਲ 'ਚ ਜਿੱਥੇ ਕੋਈ ਜਾਂਦਾ ਨਹੀਂ ਉੱਥੇ ਸ਼ਤੀਰੀਆਂ ਉਹ ਲਿਖ ਲੋ ਕੇ ਮਿਲਣ ਦੀ ਕੀ ਲੋੜ ਸੀ। ਹੁਣ ਇਹ ਭਗਵੰਤ ਮਾਨ ਉੱਥੇ ਬਠਿੰਡੇ ਜ਼ਿਲ੍ਹੇ 'ਚ ਗਿਆ ਗੇੜਾ ਕੱਢਣ ਆਪਣੇ ਬੰਦਿਆਂ ਕੋਲ, ਹਾਂਜੀ ਉਹਨਾਂ ਸੱਦਿਆ ਚਲਾ ਗਿਆ ਲੀਡਰ ਸੀ, 2-3 ਗੇੜੇ ਕੱਢੇ ਉਹਦੇ ਨਾਲ ਰੌਲਾ ਪੈ ਗਿਆ ਕਿ ਭਗਵੰਤ ਮਾਨ ਇੱਥੋਂ ਆ ਕੇ ਚੋਣ ਲੜਨੀ ਚਾਹੁੰਦਾ ਜੀ ਜੀ, ਇਹਦੇ ਨਾਲ ਇੰਨੀ ਕੁ ਘਬਰਾਹਟ ਹੋਈ ਕਿ ਇੱਕ ਥਾਂ 'ਤੇ ਸਮਾਗਮ 'ਚ ਬੋਲਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਹਿਤਾ ਕਿ ਮੇਰਾ ਕੀ ਆ, ਮੈਂ ਅਗਲੀ ਵਾਰੀ ਤੁਹਾਡੇ ਕੋਲੋਂ ਉੱਥੇ ਚੋਣ ਲੜਾਂ ਜਾਂ ਨਾ ਲੜਾਂ, ਹੋ ਸਕਦਾ ਮੈਂ ਫਿਰੋਜ਼ਪੁਰੋਂ ਜਾ ਕੇ ਚੋਣ ਲੜਾਂ। ਮੀਡੀਆ 'ਚ ਗੱਲ ਆ ਗਈ ਕਿ ਭਗਵੰਤ ਮਾਨ ਦੇ ਇੱਕੋ ਚੱਕਰ ਤੋਂ ਬਾਅਦ ਜੀ ਬੀਬੀ ਹਰਸਿਮਰਤ ਕੌਰ ਬਾਦਲ ਇੱਥੋਂ ਛੱਡ ਕੇ ਬਠਿੰਡਾ ਦੌੜ ਕੇ ਫਿਰੋਜ਼ਪੁਰ ਜਾ ਰਹੀ ਹੈ ਜੀ, ਅਖਬਾਰ 'ਚ ਪੜ੍ਹ ਕੇ ਫਿਰੋਜ਼ਪੁਰ ਆਏ ਵੱਡੇ ਬਾਪੂ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰਕਾਰ ਨੇ ਪੁੱਛ ਲਿਆ, ਹਾਂਜੀ ਕਿਉਂ ਜੀ ਬੀਬਾ ਜੀ ਸੁਣਿਆ ਉੱਥੋਂ ਬਠਿੰਡੇ ਤੋਂ ਛੱਡ ਕੇ ਇੱਥੇ ਅਤੇ ਫਿਰੋਜ਼ਪੁਰ ਆ ਰਹੇ ਚੋਣ ਲੜਨ ਜੀ, ਅਤੇ ਬਾਪੂ ਜਾਂ ਤਾਂ ਗੱਲ ਕੱਟ ਦਿੰਦਾ, ਉਹਨੇ ਕੱਟਣ ਥਾਂ ਦੇ ਆਖਿਆ ਸਾਰਾ ਪੰਜਾਬ ਵੀ ਜਾਣਦਾ ਬੀਬਾ ਜੀ ਬਹੁਤ ਪਾਪੂਲਰ ਨੇ, ਕਿਤਿਓਂ ਵੀ ਚੋਣ ਲੜ ਸਕਦੇ, ਵੈਸੇ ਜੇ ਫਿਰੋਜ਼ਪੁਰੋਂ ਲੜਨੇ ਇੱਥੋਂ ਤਾਂ ਆਰਾਮ ਨਾਲ ਜਿੱਤ ਜਾਣਗੇ, ਉਹਦੇ ਨਾਲ ਗੱਲ ਹੋਰ ਪੱਕੀ ਹੋ ਗਈ ਕਿ ਬੀਬੀ ਬਠਿੰਡੇ ਤੋਂ ਛੱਡ ਕੇ ਭੱਜ ਰਹੀ ਜੀ ਫਿਰੋਜ਼ਪੁਰ ਆ ਰਹੀ ਹੈ। ਭਗਵੰਤ ਮਾਨ ਨੇ ਬਾਅਦ 'ਚ ਸਪਸ਼ਟ ਕੀਤਾ ਕਿ ਮੈਂ ਬਠਿੰਡੇ ਨਹੀਂ ਚੱਲਿਆ, ਹਾਂਜੀ ਮੈਂ 4 ਸਾਲ ਸੰਗਰੂਰ ਦੇ ਲੋਕਾਂ ਦੀ ਸੇਵਾ ਕੀਤੀ ਆ ਜੀ, ਕਿਉਂਕਿ 2014 ਦੀਆਂ ਚੋਣਾਂ 'ਚ ਪੰਜਾਬ ਵਿੱਚ ਸਭ ਤੋਂ ਵੱਧ ਫਰਕ ਨਾਲ ਮੈਂ ਜਿੱਤਿਆ ਸੀ, ਅਤੇ ਮੈਂ ਕਿਉਂਕਿ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤਿਆ ਸੀ, ਇਸੇ ਕਰਕੇ ਮੈਂ ਆਪਣਾ ਫਰਜ਼ ਸਮਝ ਕੇ ਲੋਕਾਂ ਦੀ ਸੇਵਾ ਕੀਤੀ ਹੈ, ਹਾਂਜੀ ਅਤੇ ਜੇ ਮੈਂ ਅੱਜ ਛੱਡ ਕੇ ਜਾਵਾਂ ਤਾਂ ਇੱਕ ਤਾਂ ਇੱਥੋਂ ਦੇ ਲੋਕ ਮੇਰੀ ਰਿਕਾਰਡ ਬਣਾਉਣਗੇ ਅਤੇ ਦੂਜਾ ਜਿੱਥੇ ਮੈਂ ਗਿਆ ਉੱਥੋਂ ਵਾਲੇ ਕਹਿਣਗੇ ਇੱਕੋ ਵਾਰੀ ਆਉਂਦਾ ਹੁੰਦਾ ਅਗਲੀ ਵਾਰੀ ਇਹਨੇ ਕਿਹੜੇ ਆਉਣਾ, ਕਹਿੰਦਾ ਮੈਂ ਇਹ ਕੰਮ ਨਹੀਂ ਕਰਨਾ ਜੀ। ਅਤੇ ਨਾਲ ਹੀ ਉਹਨੇ ਕਹਿਤਾ ਕਿ ਜਿਹੜੀ ਇਹ ਚਰਚਾ ਚੱਲਦੀ ਪਈ ਹੈ ਕਾਂਗਰਸ ਬਾਰੇ, ਜਿਹੜੀ ਕਾਂਗਰਸ ਬਾਰੇ ਮੈਂ ਹੁਣ ਤੱਕ ਇੰਨਾ ਕੁਝ ਉਲਟਾ ਸਿੱਧਾ ਬੋਲਦਾ ਰਿਹਾ ਜੀ, ਜੇ ਮੈਂ ਕੱਲ੍ਹ ਨੂੰ ਉਸ ਕਾਂਗਰਸ ਪਾਰਟੀ ਜਾਵਾਂ ਤਾਂ ਮੇਰੀ ਉੱਥੇ ਵਕਤ ਕੀ ਹੋਵੇਗੀ, ਇਸ ਕਰਕੇ ਮੈਂ ਨਹੀਂ ਜਾਣਾ ਜੀ। ਇੰਨੀ ਗੱਲ ਦੇ ਨਾਲ ਰਵਨੀਤ ਬਿੱਟੂ ਵੀ ਠੱਪਿਆ ਗਿਆ, ਪਰ ਇਹਦੇ ਦੌਰਾਨ ਇੱਕ ਨਵੀਂ ਗੱਲ ਹੋਰ ਹੋ ਗਈ
ਪਹਿਲਾਂ ਤਾਂ ਬੀਬੀ ਬਠਿੰਡਾ ਛੱਡ ਕੇ ਫਿਰੋਜ਼ਪੁਰ ਆਉਂਦੀ ਪਈ ਸੀ। ਹਾਂਜੀ, ਜਦੋਂ ਵੇਖਿਆ ਕਿ ਭਗਵੰਤ ਮਾਨ ਨੇ ਆਖਿਆ ਮੈਂ ਸੰਗਰੂਰ ਤੋਂ ਚੋਣ ਲੜਨੀ ਹੈ, ਉਹ ਸੰਗਰੂਰ 'ਚ ਆਈ ਸੀ ਇੱਕ ਸਮਾਗਮ ਵਾਸਤੇ, ਉੱਥੇ ਪ੍ਰੈਸ ਕਾਨਫਰੰਸ ਲਾ ਕੇ ਬਹਿ ਗਈ। ਆਹ ਤੁਹਾਡਾ ਲੀਡਰ ਪਾਰਲੀਮੈਂਟ ਮੈਂਬਰ ਬਠਿੰਡੇ ਤੁਰਿਆ ਫਿਰਦਾ ਸੀ, ਕਹਿੰਦਾ ਸੀ ਮੈਂ ਇੱਥੋਂ ਚੋਣ ਲੜਨੀ ਹੈ। ਜਦੋਂ ਲੋਕਾਂ ਨੇ ਦੱਸਿਆ ਕਿ ਇੱਥੇ ਹਰਸਿਮਰਤ ਕੌਰ ਬਾਦਲ ਹੈ, ਇਹ ਡਰਦਾ ਭੱਜ ਕੇ ਫਿਰ ਸੰਗਰੂਰ ਆਉਣ ਵੜਿਆ। ਇਹਨੂੰ ਪੁੱਛੋ ਇਹ ਤਾਂ ਨਹੀਂ ਬਠਿੰਡੇ ਜਾਣ ਜੋਗਾ, ਮੈਂ ਸੰਗਰੂਰ ਆ ਕੇ ਇਹਦੇ ਮੁਕਾਬਲੇ ਚੋਣ ਲੜਾਂ। ਅਤੇ ਭਗਵੰਤ ਤਾਂ ਭਗਵੰਤ ਹੈ ਨਾ, ਉਹਨੂੰ ਕੋਈ ਛੇੜ ਕੇ ਕਿੱਥੇ ਜਾਵੇ। ਉਹਨੇ ਸ਼ਾਮ ਨੂੰ ਪ੍ਰੈਸ ਕਾਨਫਰੰਸ ਲਾ ਕੇ ਕਹਿਤਾ, ਬੀਬੀ ਜੀ ਮੈਂ ਤੇਰੇ ਪਤੀ ਦਾ ਮੁਕਾਬਲਾ ਕਰਨ ਵਾਸਤੇ ਬਾਰਡਰ ਕੰਢੇ ਜਲਾਲਾਬਾਦ ਗਿਆ ਸਾਂ, ਕਿਉਂਕਿ ਮੇਰੇ ਮੂੰਹੋਂ ਨਿਕਲ ਗਿਆ ਸੀ ਜੀ। ਹੁਣ ਮੂੰਹੋਂ ਨਿਕਲੀ ਗੱਲ ਦਾ ਸਵਾਲ ਆ, ਇਹ ਤੂੰ ਹੁਣ ਪਿੱਛੇ ਨਾ ਹਟੀ, ਜਿਹੜੀ ਗੱਲ ਤੂੰ ਕਹਿਤੀ ਮੁੱਕਰੀ ਨਾ, ਤੂੰ ਹੁਣ ਆ ਹੀ ਜਾ ਸੰਗਰੂਰ 'ਚ ਅਤੇ ਇੱਥੇ ਲੋਕਾਂ ਨੂੰ ਫੈਸਲਾ ਕਰ ਹੀ ਲੈਣ ਦੇ, ਬਠਿੰਡੇ ਦੇ ਲੋਕਾਂ 'ਤੇ ਤੁਹਾਡਾ ਪਤਾ ਹੀ ਆ ਜੀ, ਆਪਾਂ ਹੁਣ ਇੱਥੇ ਪਿੜਾਂਗੇ। ਆਹ ਜਿਹੜੀ ਸਾਰੀ ਗੱਲਬਾਤ ਹੁੰਦੀ ਪਈ ਆ, ਇਹਦੇ 'ਚ ਜਿਹੜਾ ਰਵਨੀਤ ਬਿੱਟੂ ਦਾ ਸੱਦਾ ਕਿ ਤੂੰ ਸਾਡੇ ਕੋਲ ਆ ਜਾ ਜੀ, ਉਹ 'ਚ ਰਵਨੀਤ ਬਿੱਟੂ ਕਿੱਥੇ ਰੜਕਦਾ ਅਤੇ ਉਹਦਾ ਸੱਦਾ ਕਿੱਥੇ ਰੜਕਦਾ? ਜੇ ਗੱਲ ਹੀ ਕਰਨੀ ਹੋਵੇ ਤਾਂ ਇਹ ਤਾਂ ਰਾਹੁਲ ਗਾਂਧੀ ਸਿੱਧੀ ਆਪੋ 'ਚ ਕਰ ਸਕਦੇ ਆ, ਚੁਟਕਲੇ ਸੁਣਾਉਂਦਾ ਸੁਣਾਉਂਦਾ ਹਾਸੇ ਹਾਸੇ ਦੇ ਵਿੱਚ ਹੀ ਇਹ ਕਹਿ ਦੇਵੇ ਕਿ ਤੁਸੀਂ ਭਲਕੇ ਖਾਣਾ ਤਿਆਰ ਰੱਖਿਓ, ਸਵੇਰੇ ਬ੍ਰੇਕਫਾਸਟ ਤੁਹਾਡੇ ਵੱਲ ਕਰਾਂਗੇ, ਅਤੇ ਉਹਨੇ ਨਾਲ ਦਿਆਂ ਨੂੰ ਪੁੱਛਣਾ ਕਿ ਇਹਦਾ ਕੀ ਮਤਲਬ ਹੁੰਦਾ। ਅਤੇ ਇਹ ਰਵਨੀਤ ਬਿੱਟੂ ਤਾਂ ਐਵੇਂ ਹੀ ਆਪਣੇ ਆਪ ਨੂੰ ਸੀਨੀਅਰ ਸਮਝ ਬੈਠਾ, ਇਹ ਨਹੀਂ ਗਾ। ਜੇ ਗੱਲਬਾਤ ਕਰਨੀ ਹੋਵੇ ਭਗਵੰਤ ਨੇ ਤਾਂ ਹੋਰ ਬੜੇ ਆ, ਵੈਸੇ ਜਿੰਨੀ ਕੁ ਮੇਰੀ ਜਾਣਕਾਰੀ ਆ ਭਗਵੰਤ ਕਾਂਗਰਸ ਵਿੱਚ ਵੀ ਨਹੀਂ ਜਾ ਰਿਹਾ ਅਤੇ ਸ਼ਾਇਦ ਸੰਗਰੂਰ ਵੀ ਨਹੀਂ ਛੱਡੇਗਾ ਜੀ। ਪੰਨੂ ਸਾਹਿਬ, ਹੋਰ ਵੀ ਸਵਾਲਾਂ ਦੇ ਜਵਾਬ ਫਿਰ ਤੁਹਾਡੇ ਕੋਲੋਂ ਲਵਾਂਗੇ, ਪਰ ਉਸ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਇੱਕ ਵਾਰ ਫਿਰ ਤੋਂ ਵੇਲਾ ਹੋ ਚੱਲਿਆ ਛੋਟੇ ਜਿਹੇ ਬ੍ਰੇਕ ਦਾ, ਜਦ ਵਾਪਸ ਆਵਾਂਗੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪੰਨੂ ਸਾਹਿਬ, ਕਰਨਾਟਕ ਦੇ ਵਿੱਚ ਇੱਕ ਜਿਮਣੀ ਚੋਣ ਦਾ ਨਤੀਜਾ ਆ ਚੁੱਕਾ ਹੈ, ਜਿਸ ਵਿੱਚ ਕਾਂਗਰਸ ਦੀ ਜਿੱਤ ਹੋਈ ਹੈ ਅਤੇ ਭਾਜਪਾ ਹਾਰ ਚੁੱਕੀ ਹੈ। ਇਸ ਨਤੀਜੇ ਦਾ ਕਿਸ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ? ਦੇਖੋ ਮਨਪ੍ਰੀਤ ਜੀ, ਗੱਲ ਇਹ ਆ ਕਿ ਬੀਜੇਪੀ ਵਾਲੇ ਬਹੁਤ ਐਸ਼ਵਰੀ ਜ਼ੋਰ ਵਿੱਚ ਸਨ ਕਿ ਅਸੀਂ ਕਰਨਾਟਕਾ ਜਿੱਤ ਲੈਣਾ ਜੀ, ਗੱਲ ਨਹੀਂ ਬਣੀ। ਨਤੀਜੇ ਆਉਣ ਲੱਗੇ, ਪਹਿਲਾਂ ਕਾਂਗਰਸ ਥੋੜ੍ਹੀ ਜਿਹੀ ਚੜ੍ਹੀ, ਬੀਜੇਪੀ ਵਾਲੇ ਚੁੱਪ ਸੀਗੇ ਥੋੜ੍ਹਾ ਜਿਹਾ ਜੀ। ਅੱਧੇ ਘੰਟੇ ਬਾਅਦ ਹੀ ਫਿਰ ਕਾਂਗਰਸ ਬ੍ਰੇਕਾਂ ਲਾਤੀਆਂ ਅਤੇ ਬੀਜੇਪੀ ਚੜ੍ਹਨ ਲੱਗ ਪਈ। ਜਦੋਂ ਚੜ੍ਹਦਿਆਂ ਚੜ੍ਹਦਿਆਂ ਕਾਂਗਰਸ ਅਜੇ 45-46-48 'ਤੇ ਖਲੋਤੀ ਹਾਂਜੀ, ਅਤੇ ਬੀਜੇਪੀ 120-122 ਸੀਟਾਂ ਤੱਕ ਚਲੀ ਗਈ, ਅਤੇ ਚਾਹੀਦੀ ਹੈ ਕਿੰਨੀਆਂ ਸੀ? 111। ਬੀਜੇਪੀ ਦੇ ਦਫ਼ਤਰਾਂ 'ਚ ਆਤਿਸ਼ਬਾਜ਼ੀ ਚੱਲੀ, ਢੋਲ ਨਗਾਰੇ ਵੱਜਣ ਲੱਗ ਪਏ, ਡਾਂਸ ਸ਼ੁਰੂ ਹੋ ਗਿਆ, ਮਠਿਆਈਆਂ ਵੰਡਤੀਆਂ, ਵਧਾਈ ਦੇ ਬਿਆਨ ਦੇ ਦਿੱਤੇ, ਕਿਤੀ ਕਤਰੀ ਖੋਜ ਪੈ ਗਈ, ਉੱਥੋਂ ਮੋੜਾ ਪੈ ਗਿਆ, ਅਗਲੇ ਰਾਊਂਡ 'ਚ ਗਿਣਤੀ 'ਚ ਘਟਣ ਲੱਗ ਪਏ ਜੀ। ਫਿਰ 122 ਤੋਂ 118-16-12, ਅਖੀਰ 104 'ਤੇ ਆ ਡਿੱਗੇ। ਜਿਹੜੇ ਢੋਲ ਵਾਲੇ ਸੱਦੇ ਸੀ, ਪਤਾ ਨਹੀਂ ਉਹਨੂੰ ਘਰ ਜਾਣ ਵਾਸਤੇ ਮੁੜ ਕੇ ਕਿਸੇ ਨੇ ਟਾਂਗਾ ਵੀ ਕਰਕੇ ਪੈਸੇ ਦਿੱਤੇ ਕਿ ਨਹੀਂ ਦਿੱਤੇ, ਪਰ ਸ਼ਾਮ ਤੱਕ ਕੋਈ ਲੀਡਰ ਦਫ਼ਤਰਾਂ 'ਚ ਨਹੀਂ ਲੱਭਦਾ ਜੀ। ਫਿਰ ਨਾ ਜੋੜ ਤੋੜ ਕਰਕੇ ਸਰਕਾਰ ਬਣਾਉਣੀ ਚਾਹੀ, ਉਹ ਨਿਭ ਨਹੀਂ ਸਕੀ, 2.5 ਦਿਨ ਬਾਅਦ ਅਸਤੀਫਾ ਦੇਣਾ ਪੈ ਗਿਆ ਯੇਦੁਰੱਪਾ ਨੂੰ ਜੀ। ਉਹਦੇ ਤੋਂ ਬਾਅਦ ਦੋ ਉਪ ਚੋਣਾਂ ਹੋਈਆਂ ਨੇ, ਇੱਕ ਤਾਂ ਰਾਜ ਰਜੇਸ਼ਵਰੀ ਨਗਰ ਹੈ। ਹਾਂਜੀ, ਰਾਜ ਰਜੇਸ਼ਵਰੀ ਨਗਰ ਦੀ ਚੋਣ ਇਸ ਕਰਕੇ ਰੋਕਣੀ ਪਈ ਸੀ ਕਿ ਚੱਲਦੀ ਚੋਣ 'ਚ ਇੱਕ ਦਿਨ 8-9 ਹਜ਼ਾਰ ਜਾਅਲੀ ਵੋਟਰ ਕਾਰਡ ਜਿਹੜੇ ਆ ਉਹ ਕਿਸੇ ਘਰ 'ਚੋਂ ਫੜੇ ਗਏ। ਹਾਂਜੀ, ਉਹਦਾ ਰੌਲਾ ਪੈ ਗਿਆ ਕਿ ਉਹ ਫਲਾਨੀ ਬੀਬੀ ਦਾ ਘਰ ਆ ਅਤੇ ਉਹ ਬੀਬੀ ਕਾਂਗਰਸ ਨਾਲ ਆ। ਕਾਂਗਰਸੀਆਂ ਨੇ ਆਖਿਆ ਜੀ ਬੀਜੇਪੀ ਦੀ ਕੌਂਸਲਰ ਆ। ਬੀਜੇਪੀ ਵਾਲਿਆਂ ਨੇ ਆਖਿਆ ਸਾਡੀ ਕੌਂਸਲਰ ਸੀ ਪਰ ਪਿਛਲੀ ਵਾਰੀ ਸਾਨੂੰ ਛੱਡ ਕੇ ਕਾਂਗਰਸ ਵੱਲ ਚਲੀ ਗਈ ਸੀ ਜੀ। ਜਦੋਂ ਚੋਣ ਕਮਿਸ਼ਨ ਦੀ ਰਿਪੋਰਟ ਆਈ ਤਾਂ ਉਹਦੇ 'ਚ ਆਇਆ ਕਿ ਘਰ ਬੀਬੀ ਦਾ, ਬੀਬੀ ਉੱਥੇ ਰਹਿੰਦੀ ਨਹੀਂ, ਉਹਨੇ ਫਲਾਨੇ ਬੰਦੇ ਨੂੰ ਕਿਰਾਏ 'ਤੇ ਦਿੱਤਾ, ਉਹ ਬੰਦਾ ਬੀਜੇਪੀ ਦੇ ਲੀਡਰ ਹੈ ਜੀ, ਕੌਂਸਲਰ ਹੈ, ਉਹ ਫਿਰ ਬੀਜੇਪੀ ਦੀ ਗੱਲ ਆ ਗਈ। ਖੈਰ ਉਹ ਚੋਣ ਰੱਦ ਕਰ ਦਿੱਤੀ ਗਈ, ਬਾਅਦ 'ਚ ਚੋਣ ਹੋਈ, ਬੀਜੇਪੀ ਬੁਰੀ ਤਰ੍ਹਾਂ ਹਾਰ ਗਈ, ਕਾਂਗਰਸ ਜਿੱਤ ਗਈ। ਇੱਕ ਉਮੀਦਵਾਰ ਦੀ ਮੌਤ ਹੋ ਗਈ ਸੀ, ਉਹਦੀ ਚੋਣ ਪੈਂਡਿੰਗ ਸੀ ਜੀ, ਪੋਸਟਪੋਨ ਕੀਤੀ ਸੀ, ਉਹ ਚੋਣ ਜਿਹੜੀ ਹੈ ਇਸ ਹਫ਼ਤੇ ਹੋਈ ਆ ਅਤੇ ਕੱਲ੍ਹ ਉਹਦਾ ਰਿਜ਼ਲਟ ਆ ਗਿਆ। ਉਹ ਜਿਹੜੀ ਜੈਨਗਰ ਸੀਟ ਹੈ, ਬੰਗਲੌਰ ਸ਼ਹਿਰ ਦੇ ਨਾਲ ਲੱਗਦੀ ਹੈ, ਬੰਗਲੌਰ ਬਹੁਤ ਵੱਡਾ ਸ਼ਹਿਰ ਹੈ ਹਾਂਜੀ, ਔਰ ਇੱਕੋ ਸ਼ਹਿਰ ਦੇ ਵਿੱਚ ਹੀ ਸ਼ਾਇਦ 28 ਸੀਟਾਂ ਨੇ ਅਸੈਂਬਲੀ ਦੀਆਂ, ਉਹਨਾਂ 'ਚੋਂ 15 ਹੁਣ ਕਾਂਗਰਸ ਜਿੱਤ ਗਈ, ਯਾਨੀ ਅੱਧ ਤੋਂ ਵੱਧ ਲੈ ਗਈ ਜੀ। ਇਹ ਸੀਟ ਪਿਛਲੀਆਂ ਦੋ ਵਾਰੀਆਂ ਲਗਾਤਾਰ 10 ਸਾਲਾਂ ਤੋਂ ਬੀਜੇਪੀ ਕੋਲ ਸੀ, ਇਸ ਵਾਰੀ ਬੀਜੇਪੀ ਕੋਲੋਂ ਇਹ ਵੀ ਸੀਟ ਖੁੱਸ ਗਈ।
ਜਿਹੜੀਆਂ ਪਿਛਲੇ ਮਹੀਨੇ ਚੋਣਾਂ ਹੋਈਆਂ ਸੀ ਸਾਡੇ ਸ਼ਾਹਕੋਟ ਦੇ ਨਾਲ, ਉਦੋਂ ਵੀ 4 ਸੀਟਾਂ ਦੇ ਉੱਤੇ ਪਾਰਲੀਮੈਂਟ 'ਚ ਹੋਈ ਸੀ ਜੀ। ਉਹਨਾਂ 'ਚੋਂ ਇੱਕ ਤਾਂ ਭਾਈਵਾਲ ਸੀ, 3 ਸੀਟਾਂ 'ਤੇ ਬੀਜੇਪੀ ਦੀਆਂ 3 ਸੀਟਾਂ ਸੀ, 3 'ਚੋਂ 1 ਜਿੱਤੀ, 2 ਹਾਰ ਗਏ ਸੀ। 10 ਸੀਟਾਂ ਅਸੈਂਬਲੀ ਦੀਆਂ ਸੀ, ਜਿਨ੍ਹਾਂ 'ਚੋਂ 3 ਕੁ ਛੱਡ ਕੇ ਬਾਕੀ ਸਾਰਿਆਂ 'ਤੇ ਬੀਜੇਪੀ ਹਾਰ ਗਈ ਸੀ। ਬੀਜੇਪੀ ਦਾ ਜੇਤੂ ਰੱਥ ਰੁੜਦਾ ਜਾ ਰਿਹਾ, ਰੁਕਦਾ ਜਾ ਰਿਹਾ। ਹੁਣ ਰਾਜ ਰਜੇਸ਼ਵੀ ਨਗਰ ਅਤੇ ਜੈਨਗਰ ਇਹ 2 ਸੀਟਾਂ 'ਤੇ ਕਰਨਾਟਕਾ ਵਿੱਚ ਵੀ ਹਾਰ ਜਾਣ ਤੋਂ ਬਾਅਦ ਬੀਜੇਪੀ ਨੂੰ ਇੱਕ ਝਟਕਾ ਹੋਰ ਲੱਗੇਗਾ ਜੀ। ਅੱਗੋਂ ਵਾਸਤੇ ਉਹਨਾਂ ਨੂੰ ਸੰਭਲ ਕੇ ਤੁਰਨਾ ਚਾਹੀਦਾ, ਨਹੀਂ ਤਾਂ ਜਿਹੜਾ ਉੱਥੇ ਦਿੱਲੀ ਵਿੱਚ ਇਹਨਾਂ ਪ੍ਰਪੰਚ ਜਿਹਾ ਬਣਾਇਆ ਪਿਆ, ਉਹ ਦਾਲ ਬਹੁਤੀ ਗਲਦੀ ਨਹੀਂ ਜਾਪਦੀ ਜੀ। ਪਰ ਸਰ ਪਾਕਿਸਤਾਨ ਦੀ ਗੱਲ ਕਰਦੇ ਹਾਂ, ਪਾਕਿਸਤਾਨ ਦੇ ਵਿੱਚ ਹਾਫਿਜ਼ ਸਈਦ ਦੀ ਜਿਹੜੀ ਪਾਰਟੀ ਹੈ ਉਸਨੂੰ ਚੋਣ ਕਮਿਸ਼ਨ ਨੇ ਰਜਿਸਟਰਡ ਕਰਨ ਤੋਂ ਮਨਾ ਕਰ ਦਿੱਤਾ। ਦੂਜੇ ਪਾਸੇ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਉਹਨਾਂ ਦਾ ਕਾਰਨ ਹੈ ਕਿ ਉਹ ਦਹਿਸ਼ਤਗਰਦੀ ਦੇ ਨਾਲ ਸੰਬੰਧ ਰੱਖਦਾ, ਤੁਹਾਡੀ ਇਸ ਬਾਰੇ ਕੀ ਰਾਏ ਹੈ? ਗੱਲ ਇਹ ਹੈ ਕਿ ਵੀ 25 ਸਾਲ ਪਹਿਲਾਂ ਸਾਡੇ ਕਾਰਟੂਨਿਸਟ ਰੰਗੇ ਨੇ 2 ਹਿੱਸਿਆਂ 'ਚ ਇੱਕ ਕਾਰਟੂਨ ਬਣਾਇਆ ਸੀ। ਹਾਂਜੀ। ਪਹਿਲੇ ਹਿੱਸੇ 'ਚ ਆਰਟਿਸਟ ਜਿਹੜਾ ਉਹ ਇੱਕ ਬਦਮਾਸ਼ ਦੀ ਫੋਟੋ ਬਣਾਉਂਦਾ, ਉਹਦੀਆਂ ਮੁੱਛਾਂ ਲਾਉਂਦਾ, ਬੜਾ ਖਤਰਨਾਕ ਚਿਹਰਾ ਜੀ, ਅਤੇ ਉਹਦੇ ਹੱਥ 'ਚ ਪਿਸਤੌਲ ਫੜਾਉਂਦਾ ਅਤੇ ਦੂਰੋਂ ਖਲੋ ਕੇ ਵੇਖਦਾ ਕਿ ਅਸਲੀ ਬਦਮਾਸ਼ ਲੱਗਦਾ ਜੀ। ਅਤੇ ਉਹਦੇ ਦੂਸਰੇ ਹਿੱਸੇ ਵਿੱਚ ਇਹ ਸੀ ਕਿ ਕੈਨਵਸ ਦੇ ਵਿੱਚੋਂ ਬਦਮਾਸ਼ ਬਾਹਰ ਨਿਕਲਿਆ ਅਤੇ ਉਹਨੇ ਆਰਟਿਸਟ ਨੂੰ ਗੋਲੀ ਕੱਢ ਮਾਰੀ। ਉਹਦਾ ਮਤਲਬ ਸੀ ਕਿ ਕਈ ਮੌਕੇ ਇਹੋ ਜਿਹੇ ਆਉਂਦੇ ਆ ਜਦੋਂ ਸਿਆਸੀ ਲੀਡਰ ਆਪ ਬਦਮਾਸ਼ ਪੈਦਾ ਕਰਦੇ ਆ ਅਤੇ ਮੁੜ ਕੇ ਉਹਦੇ ਹੱਥੋਂ ਮਰਦੇ ਆ। ਹਾਫਿਜ਼ ਸਈਦ ਨੂੰ ਪਾਕਿਸਤਾਨ ਦੀ ਰਾਜਨੀਤੀ ਨੇ, ਸਿਆਸੀ ਲੀਡਰਾਂ ਨੇ, ਫੌਜ ਨੇ ਐਡਾ ਵੱਡਾ ਟੈਰਿਸਟ ਬਣਾਤਾ ਕਿ ਉਸਾਮਾ ਬਿਨ ਲਾਦਿਨ ਤੋਂ ਬਾਅਦ ਵੱਡਾ ਟੈਰਿਸਟ, ਉਹਦਾ ਵਾਰਸ ਇਕਬਾਲ ਜ਼ਵੈਰੀ ਨਹੀਂ ਜੀ। ਆਈ ਐੱਸ ਜਿਹੜੀ ਅੱਤਵਾਦੀ ਜਥੇਬੰਦੀ ਉਹਦਾ ਮੁਖੀ ਅਬੂ ਬਕਰ ਅਲ ਬਗਦਾਦੀ ਸੀ ਜੀ। ਹੁਣ ਬਗਦਾਦੀ ਦਾ ਅੱਜ ਪਤਾ ਨਹੀਂ ਲੱਗਦਾ ਪਿਆ ਕਿ ਜਿਉਂਦਾ ਕਿ ਮਰ ਗਿਆ, ਹਾਂਜੀ ਕਿੱਥੇ ਗਾਇਬ ਹੋ ਗਿਆ। ਉਹਨਾਂ ਦੋਵਾਂ ਤੋਂ ਬਾਅਦ ਸਭ ਤੋਂ ਵੱਡਾ ਲੀਡਰ ਹੈ ਇਸ ਵੇਲੇ ਹਾਫਿਜ਼ ਸਈਦ ਜੀ, ਜਿਹਦੇ ਸਿਰ 'ਤੇ ਕਰੋੜਾਂ ਰੁਪਈਏ ਦਾ ਨਾਮ, ਕਰੋੜਾਂ ਡਾਲਰਾਂ ਦਾ ਨਾਮ ਅਮਰੀਕਾ ਨੇ ਵੀ ਰੱਖਿਆ। ਉਹਦੇ ਖਿਲਾਫ਼ ਅਦਾਲਤ ਵਿੱਚ ਕੇਸ ਗਿਆ, ਪਾਕਿਸਤਾਨ ਦੀ ਸਰਕਾਰ ਨੇ ਆਖਿਆ ਜੀ ਸਾਡੇ ਕਾਗਜ਼ਾਂ 'ਚ ਅੱਤਵਾਦੀ ਨਹੀਂ, ਇਹਦੇ ਖਿਲਾਫ਼ ਸਾਡੇ ਕੋਲ ਸਬੂਤ ਕੋਈ ਨਹੀਂ ਜੀ। ਫਿਰ ਉਹਨੇ ਇੱਕ ਪਾਰਟੀ ਬਣਾ ਦਿੱਤੀ, ਆਪਣੇ ਭਣੋਈਏ ਨੂੰ ਅੱਗੇ ਲਾ ਦਿੱਤਾ, ਮਿਸਟਰ ਮੱਕੀ ਨੂੰ, ਅਬਦੁਲ ਰਹਿਮਾਨ ਮੱਕੀ ਨੂੰ ਜੀ। ਪਾਰਟੀ ਦਾ ਨਾਂ ਰੱਖਤਾ ਮਿੱਲੀ ਮੁਸਲਿਮ ਲੀਗ, ਰਜਿਸਟਰ ਕਰਾਉਣ ਲੱਗੇ ਚੋਣ ਕਮਿਸ਼ਨ ਨੇ ਆਖਿਆ ਕਰਨੀ ਨਹੀਂ ਜੀ, ਕਿਉਂਕਿ ਗ੍ਰਹਿ ਮੰਤਰਾਲੇ ਦੀ ਰਿਪੋਰਟ ਹੈ ਕਿ ਹਾਫਿਜ਼ ਸਈਦ ਅੱਤਵਾਦੀ ਹੈ ਅਤੇ ਪਾਰਟੀ ਉਹਨੇ ਬਣਾਈ ਹੈ। ਹਾਫਿਜ਼ ਸਈਦ ਕਹਿੰਦਾ ਜੀ ਕੀ ਸਬੂਤ ਹੈ ਮੈਂ ਅੱਤਵਾਦੀ ਹਾਂ ਜੀ। ਉਹ ਹਾਈਕੋਰਟ 'ਚ ਲੱਗਿਆ, ਸਰਕਾਰ ਨੇ ਆਖਿਆ ਜੀ ਇਹਦੇ ਖਿਲਾਫ਼ ਸਬੂਤ ਹੈ ਜੀ, ਅਤੇ ਹਾਈਕੋਰਟ ਨੇ ਆਖਿਆ ਜਦੋਂ ਤੁਸੀਂ ਅੱਗੇ ਤੁਹਾਨੂੰ ਪੁੱਛਿਆ ਸੀ ਸਬੂਤ, ਤੁਸੀਂ ਕਹਿੰਦੇ ਸਾਡੇ ਕੋਲ ਸਬੂਤ ਨਹੀਂ। ਹਾਂਜੀ। ਹੁਣ ਜੇ ਸਬੂਤ ਦਿੰਦੇ ਆ ਤਾਂ ਭਾਰਤ 2008 ਤੋਂ ਕਹਿੰਦਾ ਪਿਆ ਕਿ ਮੁੰਬਈ ਦਾ ਦਹਿਸ਼ਤਗਰਦ ਹਮਲਾ ਹਾਫਿਜ਼ ਸਈਦ ਨੇ ਕਰਾਇਆ, ਦਹਿਸ਼ਤਗਰਦ ਜੀ। ਉਦੋਂ ਤੋਂ ਲੈ ਕੇ ਮੁਸ਼ਰਫ ਦੀ ਸਰਕਾਰ ਵੀ, ਆਸਫ ਅਲੀ ਜ਼ਰਦਾਰੀ ਦੀ ਸਰਕਾਰ ਵੀ, ਨਵਾਜ਼ ਸ਼ਰੀਫ ਦੀ ਸਰਕਾਰ ਵੀ, ਇਹ ਸਾਰੇ ਕਹਿੰਦੇ ਰਹੇ ਹਾਫਿਜ਼ ਸਈਦ ਦਹਿਸ਼ਤਗਰਦ ਨਹੀਂ। ਅਤੇ ਜੇ ਹੁਣ ਉਹਦੀ ਪਾਰਟੀ ਬਣਦੀ ਰੋਕਣ ਵਾਸਤੇ ਜੀ, ਇਹ ਉੱਥੇ ਜਾ ਕੇ ਸਬੂਤ ਪੇਸ਼ ਕਰਨਗੇ ਸਾਡੇ ਕੋਲ ਸਬੂਤ ਹੈਗੇ ਆ, ਅਤੇ ਸਾਰੀ ਦੁਨੀਆ ਵੇਖੇਗੀ ਕਿ ਪਾਕਿਸਤਾਨ ਦੀ ਰਾਜਨੀਤੀ ਇੰਨੀ ਕਲੰਕਿਤ ਰਾਜਨੀਤੀ ਹੈ ਕਿ ਨਾਲ ਦੇ ਦੇਸ਼ਾਂ ਵਿੱਚ ਅੱਤਵਾਦ ਫੈਲਾਉਣ ਵਾਸਤੇ ਬੰਦਾ ਪੈਦਾ ਕਰਦੇ ਆ, ਅਤੇ ਜਦੋਂ ਬੰਦਾ ਇਹਨਾਂ ਦੇ ਆਪਣੇ ਜੁੰਡੇ ਖੋਹਣ ਵਾਸਤੇ ਤੁਰਿਆ, ਹਾਂਜੀ, ਜਦੋਂ ਉਹ ਤੋਂ ਆਪ ਨੂੰ ਖਤਰਾ ਬਣਿਆ, ਜੋ ਕੱਲ੍ਹ ਨੂੰ ਇਸੇ ਢੰਗ ਨਾਲ ਜਿੱਦਾਂ ਤੁਰਿਆ ਖਿੱਚ ਕੇ ਲੈ ਗਿਆ ਜੀ, ਨਾ ਇਮਰਾਨ ਖਾਨ ਲੱਭਣਾ, ਨਾ ਆਸਫ ਅਲੀ ਜ਼ਰਦਾਰੀ ਲੱਭਣਾ, ਅਤੇ ਨਾ ਨਵਾਜ਼ ਸ਼ਰੀਫ ਲੱਭਣਾ, ਨਾ ਹੀ ਸ਼ਰੀਫ ਆ, ਸ਼ਰੀਫ ਸ਼ਰੂਫ ਉੱਥੇ ਕੋਈ ਨਹੀਂ ਗਾ। ਅਤੇ ਫਿਰ ਇਹੋ ਜਿਹੀ ਸਥਿਤੀ 'ਚ ਉਹ ਬੰਦਾ ਇਹਨਾਂ ਦੇ ਸਾਹਮਣੇ ਇਹੋ ਜਿਹਾ ਬਣ ਗਿਆ ਜਿਹੜਾ ਰੰਗੇ ਦੇ ਕਾਰਟੂਨ ਸੀ, ਆਪੇ ਉਹਨਾਂ ਇੱਕ ਬਦਮਾਸ਼ ਸਿਰਜਿਆ ਸੀ, ਆਪੇ ਹੀ ਉਸ ਬਦਮਾਸ਼ 'ਤੇ ਗੋਲੀ ਖਾਣ ਲੱਗੇ। ਉਹ ਅੱਤਵਾਦੀ ਇਹੋ ਜਿਹਾ ਕਿ ਇਸ ਵੇਲੇ ਪਾਕਿਸਤਾਨ ਦੀ ਰਾਜਨੀਤੀ ਆਪਸ ਵਿੱਚ ਲੜਨ ਤੋਂ ਜ਼ਿਆਦਾ ਇਸ ਗੱਲ ਤੋਂ ਕੰਬੀ ਜਾਂਦੀ ਹੈ ਜੇ ਹਾਫਿਜ਼ ਆ ਗਿਆ, ਉਦੋਂ ਹਾਫਿਜ਼ ਦਾ ਮਤਲਬ ਰਾਖਾ ਹੁੰਦਾ, ਖੁਦਾ ਹਾਫਿਜ਼ ਦੀ ਥਾਂ ਪੰਜਾਬੀ 'ਚ ਰੱਬ ਰਾਖਾ ਕਹਿੰਦੇ ਆ, ਉਦਾਂ ਹਾਫਿਜ਼ ਦਾ ਮਤਲਬ ਰਾਖਾ ਹੁੰਦਾ। ਪਰ ਇਸ ਵੇਲੇ ਉਹ ਸੋ ਕਾਲਡ ਰਾਖਾ ਹਾਫਿਜ਼ ਸਈਦ ਜਿਹੜਾ, ਉਹਦੇ ਤੋਂ ਸਾਰਿਆਂ ਨੂੰ ਚਿੰਤਾ ਇਹ ਹੈ ਕਿ ਪਤਾ ਨਹੀਂ ਕਿਹਨੂੰ ਖਾਜੂ। ਬਿੱਲੀ ਸੀ ਪੜਾਇਆ, ਹੁਣ ਸ਼ੀ ਬਿੱਲੀ ਨੂੰ ਖਾਣ ਆਇਆ, ਬਿੱਲੀਆਂ ਸਾਰੀਆਂ ਡਰੀ ਜਾ ਰਹੀਆਂ। ਪਰ ਸਭ ਸਾਡੇ ਪ੍ਰੋਗਰਾਮ ਦਾ ਆਖਰੀ ਸਵਾਲ ਸੀ, ਹੁਣ ਅਸੀਂ ਦਰਸ਼ਕਾਂ ਕੋਲੋਂ ਇਜਾਜ਼ਤ ਲਵਾਂਗੇ। ਅੱਜ ਦੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਪਾਸ ਇਹਨਾਂ ਹੀ। ਮੇਰੇ ਮਨਪ੍ਰੀਤ ਸਾਡੇ ਖਾਸ ਮਹਿਮਾਨ ਜਤਿੰਦਰ ਪੰਨੂ ਜੀ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਸਤਿ ਸ਼੍ਰੀ ਅਕਾਲ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।